ਇਹ ਤਸਵੀਰਾਂ ਹਨ ਬਟਾਲਾ ਸ਼ਹਿਰ ਦੀਆਂ ਜਿੱਥੇ ਸਟਰੀਟ ਫੂਡ 'ਚ ਇੱਕ ਵੱਖਰੀ ਤਰ੍ਹਾਂ ਦਾ ਸਟਾਲ ਹੈ ਕੁੱਲੜ ਪੀਜ਼ਾ ਦਾ ਅਤੇ ਇਸ ਸਟਾਲ 'ਤੇ ਇਹ ਪੀਜ਼ਾ ਤਿਆਰ ਕਰਦਾ ਨੌਜਵਾਨ ਹੈ ਸਨੀ ਸਬਰਵਾਲ। ਇਸ ਨੌਜਵਾਨ ਦਾ ਕਹਿਣਾ ਹੈ ਕਿ ਇਸ ਸਟਾਲ ਤੋਂ ਪਹਿਲਾਂ ਉਹ ਅਤੇ ਉਸ ਦੀ ਪਤਨੀ ਨੇ ਘਰ ਦੀ ਰਸੋਈ ਤੋਂ ਸ਼ੁਰੂਆਤ ਕੀਤੀ ਅਤੇ ਕੁਝ ਹੀ ਮਹੀਨੇ 'ਚ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਹੁਣ ਸ਼ਹਿਰ 'ਚ ਇੱਕ ਸਟਾਲ ਦੀ ਸ਼ੁਰੂਆਤ ਕੀਤੀ ਹੈ। ਲੇਕਿਨ ਹੁਣ ਵੀ ਘਰ ਦੀ ਰਸੋਈ 'ਚ ਪਤਨੀ ਸਮਾਨ ਤਿਆਰ ਕਰਦੀ ਹੈ ਅਤੇ ਸਨੀ ਉਸ ਤਿਆਰੀ ਤੋਂ ਬਾਅਦ ਆਪਣੇ ਸਟਾਲ 'ਤੇ ਕੁੱਲੜ ਪੀਜ਼ਾ ਤਿਆਰ ਕਰਕੇ ਲੋਕਾਂ ਨੂੰ ਖੁਸ਼ ਕਰ ਰਿਹਾ ਅਤੇ ਗ੍ਰਾਹਕਾਂ ਦੀਆਂ ਕਤਾਰਾਂ ਇੱਥੇ ਸਟਾਲ 'ਤੇ ਦੇਖਣ ਨੂੰ ਮਿਲ ਰਹੀਆਂ ਹਨ। ਹਰ ਕੋਈ ਕੁੱਲੜ ਪੀਜ਼ਾ ਦਾ ਦੀਵਾਨਾ ਹੋਇਆ। ਉੱਥੇ ਹੀ ਸਨੀ ਦਾ ਕਹਿਣਾ ਹੈ ਕਿ ਉਹ ਸਾਰਾ ਸਮਾਨ ਦੋਵੇਂ ਪਤੀ ਪਤਨੀ ਘਰ ਵਿੱਚ ਹੀ ਸਾਫ਼ ਸਫਾਈ ਨਾਲ ਤਿਆਰ ਕਰਦੇ ਹਨ ਅਤੇ ਇਸ ਸਟਾਲ 'ਤੇ ਕੰਮ ਕਰਨ ਦੇ ਨਾਲ ਨਾਲ ਹੋਮ ਡਿਲੀਵਰੀ ਵੀ ਉਹ ਕਰ ਰਿਹਾ ਅਤੇ ਉਸ ਨੂੰ ਬਟਾਲਾ ਸ਼ਹਿਰ ਦੇ ਲੋਕਾਂ ਦਾ ਬੇਹੱਦ ਪਿਆਰ ਵੀ ਮਿਲ ਰਿਹਾ। ਮੇਰਾ ਨਾਮ ਹੈ ਜੀ ਸਨੀ ਸਬਰਵਾਲ ਅਤੇ ਮੇਰੇ ਕੋਨਸੈਪਟ ਦਾ ਨਾਮ ਹੈ ਸਵਾਦ ਸੈਲਰੀ। ਘਰ ਤੋਂ ਸ਼ੁਰੂ ਕੀਤਾ ਵਾ ਅਤੇ ਸਰ ਮੈਂ ਘਰ ਤੋਂ ਸ਼ੁਰੂ ਕੀਤਾ, ਮੈਨੂੰ ਬਹੁਤ ਵਧੀਆ ਪਬਲਿਕ ਨੇ ਆਪਣੇ ਬਟਾਲੇ ਦੀ ਪਬਲਿਕ ਨੇ ਰਿਸਪੋਂਸ ਦਿੱਤਾ। ਘਰ ਤੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਮੇਰਾ 6 ਮਹੀਨੇ ਦਾ ਲੱਗਿਆ, ਪਰ ਜਿਹੜੀ ਉਹਦੀ ਕਾਮਯਾਬੀ ਹੈ ਸ਼ਹਿਰ ਬਟਾਲੇ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਅਤੇ ਬਹੁਤ ਅੱਛੇ ਤਰੀਕੇ ਨਾਲ ਦਿੱਤੀ ਆ ਅਤੇ ਮੈਨੂੰ ਇਸ ਚੀਜ਼ ਦਾ ਪਰੂਫ ਦਿੱਤਾ ਆ ਕਿ ਮੈਂ ਜਿਸ ਫੀਲਡ ਦੇ ਵਿੱਚ ਹੁਣ ਹੈਗਾ ਆ ਇਹਦੇ 'ਚ ਮੈਨੂੰ ਤਰੱਕੀ ਮੇਰਾ ਬਟਾਲਾ ਸ਼ਹਿਰ ਜਾਂ ਮੇਰੇ ਆਸ ਪਾਸ ਦੇ ਜਿੰਨੇ ਵੀ ਸ਼ਹਿਰ ਆ ਪਿੰਡ ਆ ਸਾਰੇ ਮੇਰੇ ਕੋਲ ਆ ਕੇ ਖਾ ਰਹੇ, ਉਹਨਾਂ ਨੇ ਇਹ ਪਰੂਫ ਕਰਤਾ ਕਿ ਮੈਂ ਅੱਗੇ ਜ਼ਰੂਰ ਵਧੂੰਗਾ ਅਤੇ ਉਹ ਮੈਨੂੰ ਵਧਾਉਣਗੇ ਵੀ ਅੱਗੇ। ਸਫ਼ਰ ਸਰ ਕਾਫ਼ੀ ਸਟਰਗਲ ਭਰਿਆ ਰਿਹਾ ਕਿਉਂਕਿ ਇਹ ਜਿਹੜੀ ਫੀਲਡ ਹੈ ਇਹਦੇ 'ਚ ਸਿੱਖਣ ਨੂੰ ਬਹੁਤ ਕੁਛ ਮਿਲਿਆ ਅਤੇ ਬਹੁਤ ਕੁਛ ਸਿੱਖਣਾ ਵੀ ਪਿਆ ਮੈਨੂੰ, ਸਿੱਖ ਕੇ ਇੱਥੋਂ ਤੱਕ ਪਹੁੰਚਿਆ ਵਾਂ। ਹੁਣ ਉਹਦਾ ਰਿਜ਼ਲਟ ਮੈਨੂੰ ਅੱਜ ਮਿਲ ਰਿਹਾ ਵਾ ਕਿ ਮੇਰੇ ਆ ਜਦੋਂ ਸਟਾਲ ਆਉਂਦਾ ਹੈ ਅਤੇ ਭੀੜ ਲੱਗੀ ਹੁੰਦੀ ਹੈ ਪੂਰੇ, ਹੁਣ ਵੀ ਕੁੱਲਰ ਪੀਜ਼ੇ ਕੰਟੀਨਿਊ ਚੱਲਦੇ ਪਏ ਆ, ਸ਼ਾਮ ਰਾਤ ਤੱਕ ਚੱਲਣੇ ਆ ਇਹ, ਅਤੇ ਜਿਹੜਾ ਸਫ਼ਰ ਆ ਮੇਰਾ ਬਹੁਤ ਵਧੀਆ ਰਿਹਾ ਕਿਉਂਕਿ ਮੇਰਾ ਸਾਥ ਦਿੱਤਾ ਮੇਰੀ ਫੈਮਿਲੀ ਨੇ, ਮੇਰੇ ਮਿਸਿਜ਼ ਨੇ, ਮੇਰੇ ਬ੍ਰਦਰਸ ਨੇ, ਸਾਰਿਆਂ ਨੇ ਮੇਰਾ ਸਾਥ ਦਿੱਤਾ। ਮੀਡੀਆ ਨੇ ਜਿਹੜਾ ਸਾਥ ਦਿੱਤਾ ਸਰ ਉਹ ਤਾਂ ਔਸਮ ਸੀ ਕਿਉਂਕਿ ਮੈਨੂੰ ਘਰ ਤੋਂ ਬਾਹਰ ਕੱਢਣ ਵਾਲੇ ਜਾਂ ਘਰ ਤੋਂ ਬਾਹਰ ਫੇਮਸ ਕਰਨ ਵਾਲੀ ਮੀਡੀਆ ਸੀ, ਕਿਉਂਕਿ ਜਦੋਂ ਮੈਂ ਇੱਕ ਰੂਮ ਤੋਂ ਕੰਮ ਸ਼ੁਰੂ ਕੀਤਾ ਸੀ ਉਦੋਂ ਮੈਨੂੰ ਕੋਈ ਜਾਣਦਾ ਨਹੀਂ ਸੀ ਇਸ ਚੀਜ਼ ਤੋਂ। ਹੁਣ ਮੀਡੀਆ ਮੇਰੇ ਕੋਲ ਆਈ ਉੱਥੇ ਘਰ, ਤੁਸੀਂ ਵੀ ਆਏ ਸੀ ਘਰ, ਆਏ ਉਹ ਘਰੋਂ ਫਿਰ ਮੈਨੂੰ ਹੌਲੀ ਹੌਲੀ ਤੁਸੀਂ ਨੈੱਟ 'ਤੇ ਫੇਮਸ ਕੀਤਾ, ਕਹਿ ਦਿਓ ਕਿ ਔਨਲਾਈਨ ਫੇਮਸ ਕੀਤਾ, ਮੇਰਾ ਕੰਮ ਔਨਲਾਈਨ ਵੱਧ ਗਿਆ, ਹੁਣ ਔਫਲਾਈਨ ਔਨਲਾਈਨ ਔਨਲਾਈਨ ਤੁਹਾਡੇ ਕਰਕੇ ਮੇਰਾ ਕੰਮ ਬਹੁਤ ਜ਼ਿਆਦਾ ਵਧੀਆ ਜੀ। ਸਰ ਮੈਂ ਸਟਾਲ ਜਿਹੜਾ ਲਗਾਇਆ ਵਾ ਉਹਦੇ ਵਿੱਚ ਮੈਂ ਸਪੈਸ਼ਲ ਤਾਂ ਪਹਿਲੇ ਰੱਖਿਆ ਕੁੱਲਰ ਪੀਜ਼ਾ, ਠੀਕ ਹੈ ਜੀ, ਫਿਰ ਮੇਰੇ ਸੈਲਡਸ ਆਉਂਦੇ ਆ, ਸ਼ੇਕਸ ਆਉਂਦੇ ਆ, ਸ਼ਰਦਾਈ ਆਉਂਦੀ ਆ, ਸੈਂਡਵਿਚ ਆਉਂਦਾ, ਮੇਰਾ ਸੈਂਡਵਿਚ ਤਕਰੀਬਨ 1.25 ਕਿਲੋ ਦਾ ਸੈਂਡਵਿਚ ਆ, 1/2 ਕਿਲੋ ਤੋਂ ਵੀ ਉੱਪਰ ਦਾ, ਉਹ ਬਹੁਤ ਹੈਵੀ ਸੈਂਡਵਿਚ ਆ। ਫਿਰ ਮੇਰਾ ਬਰਗਰ ਹੈ ਜਿਹੜਾ ਉਹ ਫੁੱਲੀ ਹਾਈਜੀਨਿਕ ਹੈ ਅਤੇ ਬਹੁਤ ਵਧੀਆ ਬਰਗਰ ਅਸੀਂ ਬਣਾਈਦਾ, ਸਾਰਾ ਮਟੀਰੀਅਲ ਹੀ ਬਹੁਤ ਵਧੀਆ, ਬ੍ਰਾਂਡ ਦਾ ਮਟੀਰੀਅਲ ਯੂਜ਼ ਕਰੀਦਾ, ਚੀਜ਼ ਕੀ ਪਨੀਰ ਕੀ ਟੋਟਲੀ ਸਾਰਾ ਕੁਝ ਜੀ। ਹਾਂਜੀ ਸਰ, ਇੱਕ ਮੈਂ ਡਰਾ ਸਿਸਟਮ ਕੱਢਿਆ, ਇੱਕ ਸਾਡੇ ਜਿਹੜਾ ਵੀ ਕੁੱਲੜ ਪੀਜ਼ਾ ਮਿਲਦਾ ਉਹਦੇ 3 ਸਟੈਪ ਹੁੰਦੇ, ਪਬਲਿਕ ਚਲੋ ਥੋੜ੍ਹੀ ਪਰੇਸ਼ਾਨ ਹੁੰਦੀ, ਪਹਿਲਾਂ ਤਾਂ ਇੱਕ ਮੁੰਡਾ ਕੂਪਨ ਕੱਢਦਾ, ਦੂਜਾ ਕੂਪਨ ਇਕੱਠੇ ਕਰਦਾ, ਫਿਰ ਮੇਰੇ ਕੋਲੋਂ ਕੁੱਲੜ ਪੀਜ਼ਾ ਮਿਲਦਾ। ਇਹਦੇ 'ਚ ਪਬਲਿਕ ਨੂੰ ਪਰੇਸ਼ਾਨੀ ਤਾਂ ਹੁੰਦੀ ਹੈ ਪਰ ਸਾਡੇ ਵਾਸਤੇ ਥੋੜ੍ਹਾ ਹਿਸਾਬ ਕਰਨਾ ਸੌਖਾ ਰਹਿ ਜਾਂਦਾ ਕਿਉਂਕਿ ਪਬਲਿਕ ਯਕਦਮ ਭੀੜ ਬਹੁਤ ਪੈ ਜਾਂਦੀ ਦੇਖ ਕੇ, ਇਸ ਕਰਕੇ ਅਤੇ ਇੱਕ ਅਸੀਂ ਸਰ ਕੱਢਿਆ ਸਕਰੈਚ ਕਾਰਡ, ਉਹ 10 ਨੰਬਰ ਤੋਂ ਲੈ ਕੇ ਆਪਾਂ 30-40 ਨੰਬਰ ਤੱਕ ਦੇ ਆਪਾਂ ਉਹਦੇ ਵਿੱਚ ਕੂਪਨ ਪਾ ਦਿੱਤੇ ਆ, ਜਿਹੜਾ ਕੋਈ ਸਾਡੇ ਕੋਲ 90 ਰੁਪਏ ਤੱਕ ਦਾ ਸਮਾਨ ਲਊਗਾ ਉਹਨੂੰ ਸਕਰੈਚ ਕਾਰਡ ਦੇਵਾਂਗੇ, ਚਾਹੇ ਉਹਦਾ 90 ਨਿਕਲੇ, ਚਾਹੇ ਉਹਦਾ 70 ਨਿਕਲੇ, 80 ਨਿਕਲੇ, 10 ਨਿਕਲੇ, ਅਸੀਂ ਉਹਨੂੰ ਉਹ ਚੀਜ਼ ਉਸੇ ਵੇਲੇ ਮੌਕੇ 'ਤੇ ਲੈਸ ਕਰ ਦਾਂਗੇ ਜੀ। ਨਹੀਂ ਸਰ, ਮੇਰੇ ਵਾਈਫ ਨੇ ਮੈਨੂੰ ਪੂਰਾ ਤਿਆਰ ਕਰਕੇ ਭੇਜਿਆ ਇੱਥੇ, ਮੈਂ ਆਪਣੇ ਆਪ ਕੁਛ ਨਹੀਂ ਕੀਤਾ, ਮੇਰੇ ਵਾਈਫ ਨੇ ਮੈਨੂੰ ਸਾਰਾ ਤਿਆਰ ਕਰਕੇ ਭੇਜਿਆ, ਮੇਰੇ ਵਾਈਫ ਨੇ ਸਾਰਾ ਮਟੀਰੀਅਲ ਮੈਨੂੰ ਤਿਆਰ ਕਰਕੇ ਦਿੱਤਾ, ਮੈਨੂੰ ਬੇਸ ਤਿਆਰ ਕਰਕੇ ਦਿੱਤਾ, ਇਹ ਉਹਨਾਂ ਦਾ ਹੀ ਸਦਕਾ ਆ ਕਿ ਮੈਂ ਇੱਥੇ ਆ ਕੇ ਸਿਰਫ ਮੈਂ ਫੇਸ ਕਰਨ ਡਿਆ ਤੁਹਾਨੂੰ, ਬਾਕੀ ਜਿਹੜੀ ਮਿਹਨਤ ਆ 75% ਮੇਰੀ ਵਾਈਫ ਦੀ ਹੈ। ਮੇਰਾ ਨਾਮ ਸਰ ਸੁਨੀਲ ਸ਼ਰਗਿੱਲ ਹੈ। ਇਹ ਸਰ ਕੁੱਲਰ ਪੀਜ਼ਾ ਬਹੁਤ ਟੇਸਟ ਵੀ ਆ ਔਰ ਪਹਿਲਾਂ ਆਪਾਂ ਨੂੰ ਕੁੱਲਰ ਪੀਜ਼ਾ ਲੈਣ ਵਾਸਤੇ ਘਰ ਜਾਣਾ ਪੈਂਦਾ ਹੈਗਾ, ਸਾਨੂੰ ਹੁਣ ਔਨਲਾਈਨ ਵੀ ਮਿਲਣ ਲੱਗ ਪਿਆ ਵਾ ਔਰ ਸਭ ਤੋਂ ਪਲੱਸ ਪੁਆਇੰਟ ਹੈ ਕਿ ਸਾਡੇ ਆਫਿਸ ਦੇ ਸਾਹਮਣੇ ਆ, ਆਪਾਂ ਡੇਲੀ ਕੁੱਲਰ ਪੀਜ਼ਾ ਜਿਹੜਾ ਵਾ ਉਹ ਆਨੰਦ ਵੀ ਮਾਣੀਦਾ ਵਾ। ਹਾਂਜੀ, ਪਹਿਲਾਂ ਔਨਲਾਈਨ ਮੰਗਾਈਦਾ ਸੀਗਾ, ਹੁਣ ਔਫਲਾਈਨ ਵੀ ਮਿਲਦਾ, ਹੁਣ ਤਾਂ ਬਿਲਕੁਲ ਸਾਡੇ ਘਰ ਦੇ ਸਾਹਮਣੇ ਹੀ ਆ ਜੀ ਇਹਨਾਂ ਦੇ। ਬਿਲਕੁਲ ਸਰ, ਇਹ ਉਹਨਾਂ ਦੀ ਮਿਹਨਤ ਦੇ ਸਦਕਾ ਵਾ, ਉਹਨਾਂ ਦੀ ਮਿਹਨਤ ਬੰਦੇ ਦੀ ਬੋਲਦੀ ਆ ਔਰ ਉਹਨਾਂ ਨੇ ਆਪਣਾ ਜਜ਼ਬਾ ਰੱਖ ਕੇ ਇੱਕ ਘਰ ਤੋਂ ਸਟਾਰਟ ਕੀਤਾ ਸੀਗਾ, ਅੱਜ ਇੱਕ ਬ੍ਰਾਂਡ ਦੇ ਰੂਪ ਦੇ ਵਿੱਚ ਜਿਹੜਾ ਉਹ ਤਿਆਰ ਹੋਣ ਜਾ ਰਿਹਾ।